ਇਹ ਜਿਹੜੇ ਦੋ ਵਰਡਸ ਨੇ ਇਹਨਾਂ ਦੀ ਪ੍ਰੋਨਨਸੀਏਸ਼ਨ ਸੇਮ ਹੈ ਪਰ ਇਹਨਾਂ ਦੇ ਸਪੈਲਿੰਗ ਵਿੱਚ ਡਿਫਰੈਂਸ ਹੈ ਇੱਕ A ਨਾਲ ਸ਼ੁਰੂ ਹੁੰਦਾ ਤੇ ਇੱਕ I ਨਾਲ ਸ਼ੁਰੂ ਹੁੰਦਾ ਪਹਿਲਾਂ ਆਪਾਂ ਜੋ A ਨਾਲ ਸ਼ੁਰੂ ਹੁੰਦਾ ਉਹਦੇ ਬਾਰੇ ਗੱਲ ਕਰਦੇ ਆ A L L U S, -S I O N ਇਹਦਾ ਮਤਲਬ ਕੀ ਹੁੰਦਾ ਐਨ ਇਨਡਾਇਰੈਕਟ ਰੈਫਰੈਂਸ ਸਪੈਸ਼ਲੀ ਇਨ ਲਿਟਰੇਚਰ ਲਿਟਰੇਚਰ ਦਾ ਮਤਲਬ ਕੀ ਹੁੰਦਾ ਜਿਹੜਾ ਆਪਣਾ ਸਾਹਿਤਿਆ ਹੈਗਾ ਜਦੋਂ ਆਪਾਂ ਕਿਸੇ ਬਾਰੇ ਗੱਲ ਕਰਦੇ ਆ ਖਾਸ ਕਰਕੇ ਸਾਹਿਤਿਆ ਦੇ ਵਿੱਚ ਉਹਨੂੰ ਆਪਾਂ ਅਲੂਜ਼ਨ ਕਹਿੰਨੇ ਆਂ ਹੁਣ ਆਪਣਾ ਪਹਿਲਾ ਸੈਂਟੈਂਸ ਕੀ ਆ ਦਾ ਪ੍ਰੋਫੈਸਰ ਮੇਡ ਐਨ ਅਲੂਜਨ ਟੂ ਵਰਜੀਨੀਆ ਵੂਲਫਸ ਵਰਕ ਵਰਜੀਨੀਆ ਵੂਲਫ ਇੱਕ ਰਾਈਟਰ ਤੇ ਉਹਨੇ ਜੋ ਲਿਖਿਆ ਹੈਗਾ ਉਹਨੂੰ ਆਪਾਂ ਉਹਦਾ ਕੰਮ ਕਵਾਂਗੇ ਉਹਦਾ ਵਰਕ ਕਵਾਂਗੇ ਤੇ ਪ੍ਰੋਫੈਸਰ ਕੀ ਹੁੰਦਾ ਜੋ ਯੂਨੀਵਰਸਿਟੀ ਵਿੱਚ ਪੜਾਉਂਦਾ ਹੈ ਤਾਂ ਆਪਾਂ ਕਹਿ ਰਹੇ ਹਾਂ ਦਾ ਪ੍ਰੋਫੈਸਰ ਮੇਡ ਐਨ ਅਲੂਜਨ ਟੂ ਵਰਜੀਨੀਆ ਵੂਲਫਸ ਵਰਕ ਭਈ ਉਹਨੇ ਰੈਫਰੈਂਸ ਦਿੱਤੀ ਵਰਜੀਨੀਆ ਵੂਲਫ ਦੇ ਕੰਮ ਦੀ ਜੋ ਵਰਜੀਨੀਆ ਵੂਲਫ ਨੇ ਲਿਖਿਆ ਸੀ ਉਦੇ ਬਾਰੇ ਪ੍ਰੋਫੈਸਰ ਨੇ ਗੱਲ ਕੀਤੀ ਉਹਦੇ ਸੰਦਰਭ ਵਿੱਚ ਗੱਲ ਕੀਤੀ ਆ ਗਿਆ ਸਮਝ ਦੂਸਰਾ ਜੋ ਆਪਣਾ ਸੈਂਟੈਂਸ ਹੈਗਾ ਉਹ ਕੀ ਹੈ ਦ ਕਮੇਟੀ ਮੇਡ ਨੋ ਅਲੂਜਨ ਟੂ ਫਾਰਮਰ ਪ੍ਰੈਜ਼ੀਡੈਂਟ ਇਨ ਇਟਸ ਰਿਪੋਰਟ ਕਮੇਟੀ ਨੇ ਇੱਕ ਰਿਪੋਰਟ ਬਣਾਈ ਠੀਕ ਹੈ ਉਹਦੇ ਵਿੱਚ ਉਹਨਾਂ ਨੇ ਕਾਫੀ ਚੀਜ਼ਾਂ ਲਿਖੀਆਂ ਪਰ ਉਹਨਾਂ ਨੇ ਕੋਈ ਰੈਫਰੈਂਸ ਨਹੀਂ ਦਿੱਤੀ ਪੁਰਾਣੇ ਪ੍ਰੈਜ਼ੀਡੈਂਟ ਦੀ ਪੁਰਾਣਾ ਜੋ ਕੰਪਨੀ ਦਾ ਪ੍ਰੈਜ਼ੀਡੈਂਟ ਸੀਗਾ ਜਾਂ ਕਮੇਟੀ ਦਾ ਜੋ ਪੁਰਾਣਾ ਪ੍ਰੈਜ਼ੀਡੈਂਟ ਸੀਗਾ ਉਹਦੇ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹਦੇ ਬਾਰੇ ਕੋਈ ਰੈਫਰੈਂਸ ਨਹੀਂ ਦਿੱਤੀ ਗਈ ਉਹਦੇ ਬਾਰੇ ਕੋਈ ਸੋਲੂਸ਼ਨ ਨਹੀਂ ਬਣਾਈ ਗਈ ਇਸ ਤੋਂ ਬਾਅਦ ਜੋ ਆਈ ਨਾਲ ਸ਼ੁਰੂ ਹੁੰਦਾ ਹੈ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਆਈ ਡਬਲ ਐਲ ਯੂ ਐਸ ਆਈ ਯੂ ਐਨ ਸੋਲੂਸ਼ਨ ਇਹਦਾ ਮਤਲਬ ਕੀ ਹੁੰਦਾ ਇਹ ਫਾਲਸ ਪਰਸੈਪਸ਼ਨ ਆਫ ਰਿਐਲਿਟੀ ਪਰਸੈਪਸ਼ਨ ਦਾ ਮਤਲਬ ਕੀ ਹੁੰਦਾ ਕਿ ਆਪਾਂ ਕਿਵੇਂ ਕਿਸੇ ਚੀਜ਼ ਨੂੰ ਦੇਖਦੇ ਹਾਂ ਫਾਲਸ ਮਤਲਬ ਗਲਤ ਰਿਐਲਿਟੀ ਮਤਲਬ ਜੋ ਅਸਲੀਅਤ ਹੈਗੀ ਆ ਅਸਲੀਅਤ ਬਾਰੇ ਗਲਤ ਅਸਲੀਅਤ ਨੂੰ ਗਲਤ ਤਰੀਕੇ ਨਾਲ ਦੇਖਣਾ ਉਹਨੂੰ ਗਲਤ ਤਰੀਕੇ ਨਾਲ ਸਮਝਣਾ ਪੰਜਾਬੀ ਵਿੱਚ ਜੇ ਮੈਂ ਸੌਖੇ ਜਿਹੇ ਤਰੀਕੇ ਨਾਲ ਦੱਸਾਂ ਆਪਾਂ ਇਹਨੂੰ ਵਹਿਮ ਕਹਿ ਦਿੰਦੇ ਹਾਂ ਠੀਕ ਹੈ ਅਲੂਜਨ ਮਤਲਬ ਵਹਿਮ ਇਹ ਮੰਨ ਕੇ ਚੱਲੋ ਸ਼ੀ ਇਜ਼ ਅੰਡਰ ਦਾ ਅਲੂਜਨ ਦੈਟ ਸ਼ੀ ਵਿਲ ਗੈਟ ਦ ਜੋਬ ਉਹਨੂੰ ਇਹ ਵਹਿਮ ਆ ਕਿ ਉਹਨੂੰ ਇਹ ਜੋਬ ਮਿਲ ਜੂਗੀ ਉਹ ਉਹਨੂੰ ਇਹ ਉਹਨੂੰ ਇਹ ਨੌਕਰੀ ਮਿਲ ਜੂਗੀ ਪਰ ਕਹਿਣ ਦਾ ਮਤਲਬ ਕੀ ਹੈ ਕਿ ਉਹਨੂੰ ਇਹ ਨੌਕਰੀ ਨਹੀਂ ਮਿਲ ਰਹੀ ਪਰ ਉਹਨੂੰ ਲੱਗਦਾ ਹੈ ਕਿ ਉਹਨੂੰ ਇਹ ਨੌਕਰੀ ਮਿਲ ਜਾਊਗੀ ਜਦੋਂ ਤੁਸੀਂ ਵਹਿਮ ਦੀ ਗੱਲ ਕਰਨੀ ਹੋਵੇ ਤਾਂ i d w e l u s i o n ਤੁਸੀਂ ਇਹ ਵਰਤੋਗੇ ਉਸ ਤੋਂ ਬਾਅਦ the idea of absolute personal freedom is an illusion absolute matlab puri tarah personal nijji freedom matlab azadi nijji puri tarah jehdi apni nijji azadi hai gi jo apan nu lagda ki apan nu mil sakdi hai oh apna vehm hai kade nahi milugi personal freedom matlab ki jo tusi khana chahunde ho oh tusi kha pao jithe tusi ghumna chahunde ho jithe tusi jana chahunde ho ajhe ho je ghar te tusi rehna chahunde ho jide naal tusi rehna chahunde ho eh sariyan cheezan ਆਪਣੀ ਪਰਸਨਲ ਫਰੀडम ਹੁੰਦੀਆਂ ਨੇ ਤੇ ਜੇ ਆਪਾਂ ਨੂੰ ਲੱਗਦਾ ਹੈ ਕਿ ਜੋ-ਜੋ ਆਪਾਂ ਚਾਹੋਨੇ ਆ ਉਹ ਸਾਰਾ ਕੁਝ ਹੋ ਜਾਊਗਾ ਜ਼ਿੰਦਗੀ ਵਿੱਚ ਤਾਂ ਉਹ ਆਪਣਾ ਵਹਿਮ ਉਹ ਕਦੇ ਨਹੀਂ ਹੋਊਗਾ 네ਗੇਟਿਵ ਜੀ ਥੌਟ ਲੱਗਦੀ ਹੈ ਪਰ ਸੱਚਾਈ ਹੈ ਤਾਂ ਮੈਨੂੰ ਉਮੀਦ ਹੈ ਕਿ ਇਹ ਦੋਵੇਂ ਜਿਹੜੇ ਵਰਡਸ ਨੇ ਉਹਨਾਂ ਦਾ ਮੀਨਿੰਗ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ